धर्म स्थल तो मत्था टेक के आ रहे पति पत्नी की हादसे च मौत। गुरदासपुर के पिंड नानोवाल खुरद के कोल एक तेज रफ्तार बलैरो गड्डी ने धर्म स्थल तो वापस आ रहे मोटरसाइकिल सवार पति पत्नी को सीधी टक्कर मार दी, जिस कारण मोटरसाइकिल सवार पति पत्नी की मौके पर ही मौत हो गई। इस संबंधी परिवारक मैंबरों ने जानकारी देंदे दस्या कि निर्मल सिंह अते उसकी पत्नी तरसीम कौर नेड़े पिंड नानोवाल खुरद विचों संत बाबा लाल सिंह कुली वालिया के तप स्थान पर मत्था टेक के घर परत रहे सन कि नानोवाल खुरद कोल गुरदासपुर भैनी मियाँ खाल मार्ग उत्ते पहुंचे तो तुगल वाले पास्यों आ रही बलैरो गड्डी ने उल्ट दिशा वल जा के मोटरसाइकिल तो सवार पति पत्नी को टक्कर मार दी। इस हादसे दौरान पति पत्नी की मौके पर ही मौत हो गई। मौके पर गवाह अनुसार बलैरो गड्डी मृतकों को काफ़ी दूर तक सड़क से घड़ीस के लै गई। इस उपरंत यह गड्डी दरख्त नाल जा टकराई, जिथे ये पति पत्नी गड्डी रुख दे विचे दराड़े गए, जिस नाल इन्हां दी मौके पर ही मौत हो गई। दस्या गया है कि गड्डी चालक मौके का फायदा उठा के घटना स्थल तो गड्डी छड़ के फरार हो गया, जिसनों फड़न लई छापेमारी की जा रही है। जिस गड्डी नाल हादसा आया वह गड्डी नूं अपने कब्जे विच लै के पुलिस ने तफ्तीश शुरू कर दी है। मैं जगतार सिंह दारा सबका सरपंच पिंड नानोवाल खुरद। अज बहुत ही मंदभागी घटना हुई है साडे नगर दे विच, जिहड़ा कि साढ़े नाल दा पिंड नानोवाल कलां वो गुरद्वारा साहब तो मत्था टेक के ते वो अपने पिंड नूं जा रहे सी। साढ़े वड्डे भरा सरदार निर्मल सिंह ते उन्हां दी वाइफ बीबी तरसेम कौर, वो दोनों दी मौके तो रोंग साइड लिया के गड्डी ने मार के, जो पिकअप गड्डी आ महिंद्रा वालियां दी उस गड्डी ने मार बिल्कुल ब्रेक नहीं लाई, अपनी साइड ते जा रहे सी ते उहदे इत्थे तक भी दोनों जीआं नूं घरीस के नाल जा के पेड़ दे विच दोनों नूं धक्के लाता, दोनों की मौके पर मौत हो गई। लगता कोई जिहड़ा गड्डी चालक सी किसे नशे दी हालत च जां की कारण? मैं समझदा कि गड्डी ड्राइवर जिहड़ा नींद दे विच गड्डी वज्जी आ, क्योंकि पनीर वाली गड्डी तड़के 2 बजे तों इह गड्डी सप्लाई देण लग पैंदे आ ते नींद दे विच कम होया, क्योंकि बिल्कुल एक साइड ते जा रहे बंदे जिहड़े दोनों जी मारते आ। ਬੜੀ ਮੰਦਭਾਗੀ ਘਟਨਾ ਹੋਈ ਆ। ਇਹ ਮੌਕੇ ਤੇ ਮੌਤ ਹੋ ਗਈ ਜਿਹੜੀ ਮੀਆਂ ਦੀ? ਹਾਂ, ਦੋਨੋਂ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ। ਹੁਣ ਜਿਹੜਾ ਪ੍ਰਸ਼ਾਸਨ ਇੱਥੇ ਪਹੁੰਚਿਆ? ਹਾਂਜੀ, ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ, ਉਹਨਾਂ ਨੇ ਬੋਡੀਆਂ ਆਪਣੇ ਕਬਜ਼ੇ 'ਚ ਲੈ ਲਈਆਂ। ਕੀ ਭਰੋਸਾ ਦਿੱਤਾ ਗਿਆ ਪਰਿਵਾਰ ਨੂੰ? ਪਰਿਵਾਰ ਨੂੰ ਭਰੋਸਾ ਤੇ ਇਹੀ ਦਵਾਇਆ ਗਿਆ ਕਿ ਡਰਾਈਵਰ ਦੀ ਅਸੀਂ ਭਾਲ ਕਰ ਲੈਂਦੇ ਹਾਂ, ਅਤੇ ਮਾਲਕ ਨੂੰ ਵੀ ਫੋਨ ਕਰਤਾ ਅਤੇ ਉਹ ਤਾਂ ਦੇਖੋ ਜੋ ਵਿਭਾਗੀ ਕਾਰਵਾਈ ਆ ਉਹ ਤਾਂ ਹੋ ਜਾਏਗੀ, ਪਰ ਜਿਹੜੇ ਦੋ ਜੀ ਚਲ ਗਏ ਆ ਉਹ ਨਹੀਂ ਪਰਿਵਾਰ ਨੂੰ ਮਿਲਣੇ, ਬੱਚਿਆਂ ਵਾਸਤੇ ਮਾਂ ਪਿਓ ਨਹੀਂ ਮਿਲਣੇ। ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਤੁਸੀਂ ਕੀ ਮੰਗ ਕਰੋਗੇ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਹੋ ਜਿਹੜੇ ਨਲਾਇਕ ਲੋਕ ਆ ਜਿਹੜੇ ਨਸ਼ਾ ਪੱਤਾ ਕਰਕੇ ਗੱਡੀਆਂ ਚਲਾਉਂਦੇ ਆ ਇਹਨਾਂ ਨੂੰ ਹੱਥ ਪਾਈ ਜਾਏ, ਅਤੇ ਆਮ ਜਿਹੜੇ ਲੋਕ ਆ ਜਿਹੜੇ ਰਾਹਗੀਰ ਆ ਉਹਨਾਂ ਨੂੰ ਬਚਾਇਆ ਜਾਏ। ਬਿਲਕੁਲ ਨਜਾਇਜ਼ ਜਿਹੜੀ ਆ ਐਕਸੀਡੈਂਟ ਕਰਕੇ ਦੋਨਾਂ ਦੀ ਮੌਤ ਕਰਤੀ। ਇਹ ਜੀ ਪਿੰਡ ਸਾਡਾ ਨਾਨੋਵਾਲ ਕਲਾਂ ਜੀ, ਅਤੇ ਜਿਹਦੀ ਡੈਥ ਹੋਈ ਆ ਉਹ ਨਿਰਮਲ ਸਿੰਘ ਉਹਦੇ ਘਰ ਵਾਲੇ ਨਾਲ ਤਰਸੇਮ ਕੌਰ ਆ, ਅਤੇ ਇਹ ਭੈਣੀ ਮੀਆਂ ਖਾਂ ਤੋਂ ਸੌਦਾ ਲੈ ਕੇ ਆਪਣੇ ਘਰ ਦਾ, ਪਹਿਲੇ ਬਾਬੇ ਕੁਲੀਏ ਦੇ ਮੱਥਾ ਟੇਕਿਆ ਇਹਨਾਂ ਨੇ, ਫਿਰ ਸੌਦਾ ਲੈ ਕੇ ਆਏ ਆਪਣੇ ਪਿੰਡ ਨੂੰ ਜਾ ਰਹੇ ਸੀ ਜਦੋਂ ਇੱਧਰ ਘਟਨਾ ਹੋਈ ਆ। ਇਹ ਮੌਕੇ 'ਤੇ ਕੀ ਸੀਨ ਬਣ ਗਿਆ ਕਿ ਕਿਹੜੇ ਪਾਸਿਓਂ ਗੱਡੀ ਆ ਰਹੀ ਸੀਗੀ? ਇਹ ਗੱਡੀ ਜੀ ਤੁਗਲਵਾਲ ਤੋਂ ਭੈਣੀ ਮੀਆਂ ਖਾਂ ਨੂੰ ਆ ਰਹੀ ਸੀ 207 ਆ, ਅਤੇ ਇਹ ਜਿਹੜੇ ਆਪਣੇ ਪਿੰਡ ਨਾਨੋਵਾਲ ਕਲਾਂ ਨੂੰ ਜਾ ਰਹੇ ਸੀ, ਅਤੇ ਇਹ ਡਰਾਈਵਰ ਨੇ ਜਾਂ ਤਾਂ ਕੋਈ ਨਸ਼ਾ ਖਾਧਾ ਸੀ ਅਤੇ ਜਾਂ ਕੋਈ ਫੋਨ 'ਤੇ ਲੱਗਾ ਹੋਏਗਾ। ਇੰਨੀ ਬੇਕਿਰਕੀ ਨਾਲ ਰੋਂਗ ਸਾਈਡ 'ਤੇ ਜਾ ਕੇ ਇਹਨੇ ਮੋਟਰਸਾਈਕਲ ਨੂੰ ਦੋਵਾਂ ਜੀਆਂ ਨੂੰ ਲਪੇਟੇ 'ਚ ਲੈ ਲਿਆ, ਉਹ ਜਿੰਨਾ ਚਿਰ ਗੱਡੀ ਜਿਹੜੀ ਉਹ ਧੱਕ ਕੇ ਦਰਖਤ ਦੇ ਨਾਲ ਨਹੀਂ ਵੱਜ ਗਈ, ਗੱਡੀ ਖੁਦ ਹੀ ਵੱਜ ਕੇ ਰੁਕੀ ਹੈ, ਡਰਾਈਵਰ ਨੇ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਅਤੇ ਮੌਕੇ 'ਤੇ ਮੌਤ ਹੋਈ? ਮੌਕੇ 'ਤੇ ਦੋਵਾਂ ਜੀਆਂ ਦੀ ਮੌਤ ਹੋ ਗਈ ਜੀ, ਮੋਟਰਸਾਈਕਲ ਵਿੱਚ ਇਹ ਫਸਿਆ ਰਿਹਾ, ਉਹ ਵੀ ਨਾਲ ਹੀ ਗੱਡੀ ਘਸੀਟਦੀ ਰਹੀ ਆ, ਦੋਵਾਂ ਇਹਨਾਂ ਨੂੰ ਬੰਦਿਆਂ ਨੂੰ ਦੋਵਾਂ ਨੂੰ ਜੀਆਂ ਨੂੰ ਗੱਡੀ ਵਿੱਚ ਘਸੀਟ ਕੇ ਤਕਰੀਬਨ 50 ਮੀਟਰ ਜਿਹੜੀ ਉਹ ਗਾਂਹ ਲੈ ਕੇ ਆਈ ਅੱਗੇ। ਉਮਰ ਕਿੰਨੀ ਕਹਿਣਾ ਸੀ ਤੁਹਾਨੂੰ? ਹਾਂਜੀ, ਉਮਰ ਕਿੰਨੀ ਕੁ ਆ ਤਕਰੀਬਨ? ਉਮਰ ਤਕਰੀਬਨ 50 ਸਾਲ ਦੇ ਆਸ ਪਾਸ ਹੋਏਗੀ, ਜਨਾਨੀ ਦੀ 45 ਸਾਲ ਹੋਏਗੀ ਅਤੇ ਉਹਦੀ 48 ਸਾਲ ਦੇ ਆਸ ਪਾਸ ਹੋਏਗੀ। ਬੱਚੇ ਕਿੰਨੇ ਕੁ ਛੋਟੇ ਆ? ਹਾਂਜੀ, ਬੱਚੇ 2 ਆ ਜੀ, ਇੱਕ ਮੁੰਡੇ ਨੂੰ, ਅਤੇ ਤਕਰੀਬਨ 2-3 ਮਹੀਨੇ ਪਹਿਲਾਂ ਹੀ ਇੱਕ ਉਹਨਾਂ ਨੂੰ ਬਿਜਲੀ ਬੋਰਡ 'ਚ ਸਰਵਿਸ ਮਿਲੀ ਹੈ ਜੇ ਕਲਰਕ ਦੀ, ਅਤੇ ਉਹ ਜਾਬ ਕਰਦਾ, ਅਤੇ ਲੜਕੀ ਜਿਹੜੀ ਆ ਉਹ ਚੰਡੀਗੜ੍ਹ ਆ, ਉਹ ਵੀ ਜਾਬ ਦੇ ਉੱਤੇ ਆ। 2 ਹੀ ਬੱਚੇ, ਦੋਵੇਂ ਹੀ ਉੱਦਾਂ ਅਤੇ ਪੜ੍ਹੇ ਲਿਖੇ ਬੱਚੇ ਆ, ਅਤੇ ਦੋਵਾਂ ਨੂੰ ਜਾਬ ਮਿਲੀ ਹੋਈ ਹੈ। ਕੀ ਮੰਗ ਕਰਦੇ? ਹਾਂਜੀ, ਕੀ ਮੰਗ ਕਰਦੇ? ਪੁਲਿਸ ਤੋਂ ਇਹੋ ਹੀ ਮੰਗ ਸਾਡੀ ਵੀ ਜਿਹੜੇ ਜਿਹੜੇ ਜੀ ਮਰ ਗਏ ਆ ਬਿਲਕੁਲ ਬੇਕਸੂਰ,
ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਹੋ ਜਿਹੇ ਅਨਸਰ ਆ ਜਿਹੜੇ ਗਲਤ ਨਸ਼ੇ ਨੁਸ਼ੇ ਖਾ ਕੇ ਗੱਡੀਆਂ ਚਲਾਉਂਦੇ ਜਾਂ ਰੌਂਗ ਸਾਈਡ ਗੱਡੀਆਂ ਚਲਾਉਂਦੇ ਵੇਖਦੇ ਨਹੀਂ, ਪਬਲਿਕ ਦਾ ਧਿਆਨ ਨਹੀਂ ਰੱਖਦੇ, ਇਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ। ਲੱਗਦਾ ਗੱਡੀ ਚਾਲਕ ਜਿਹੜਾ ਕਿਸੇ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਸਾਡੇ ਆਉਣ ਤੋਂ ਪਹਿਲਾਂ ਤਕਰੀਬਨ ਉਹ ਇੱਥੋਂ ਭਗੌੜਾ ਹੋ ਗਿਆ, ਇੱਥੇ ਪਤਾ ਲੱਗਾ ਕਿ ਮੋਟਰਸਾਈਕਲ 'ਤੇ ਆਇਆ ਸੀ ਕੋਈ ਬੰਦਾ, ਉਹਨੂੰ ਲੈ ਕੇ ਅਤੇ ਨਾਨਵਾਲ ਮੇੜੇ ਵੱਲ ਨੂੰ ਨਿਕਲ ਗਿਆ, ਅਤੇ ਉਹ ਬੰਦੇ ਦੀ ਸ਼ਕਲ ਨਹੀਂ ਆਪਾਂ ਵੇਖੀ, ਬਾਕੀ ਉਹਦੇ ਗੱਡੀ ਦੇ ਮਾਲਕ ਨੇ ਦੱਸ ਦਿੱਤਾ ਵੀ ਗੱਡੀ ਦਾ ਡਰਾਈਵਰ ਇਹ ਸੀ, ਪੁਲਿਸ ਵਾਲਿਆਂ ਨੂੰ ਦੱਸਿਆ ਉਹਨੇ, ਅਤੇ ਬਾਕੀ ਉਹ ਮਾਲਕ ਸ਼ਾਇਦ ਆ ਜਾਏਗਾ। ਗੱਡੀ ਪਾਰਟੀ ਪਹੁੰਚੀ ਹੁਣ ਮੌਕੇ 'ਤੇ? ਹਾਂ ਨਹੀਂ, ਅਜੇ ਉਹਨਾਂ ਦੇ ਮਾਲਕ ਗੱਡੀ ਦਾ ਨਹੀਂ ਪਹੁੰਚਿਆ, ਪੁਲਿਸ ਵਾਲਿਆਂ ਨਾਲ ਗੱਲ ਹੋ ਗਈ ਹੈ। ਪਹੁੰਚੀ ਹੁਣ ਪੁਲਿਸ ਮੌਕੇ 'ਤੇ ਪਹੁੰਚੀ? ਹਾਂ, ਪੁਲਿਸ ਮੌਕੇ 'ਤੇ ਪਹੁੰਚੀ ਆ, ਮੇਜਰ ਸਿੰਘ ਸੀ SI, ਉਹ ਅਤੇ ਮੋਟਰਸਾਈਕਲ ਅਤੇ ਗੱਡੀ ਜਿਹੜੀ ਸੀ ਉਹ ਟਰੈਕਟਰ ਨਾਲ ਟੋਚਨ ਕਰਕੇ ਲੈ ਗਿਆ ਥਾਣੇ, ਬਾਕੀ ਇੱਕ SI ਦੀ ਡਿਊਟੀ ਲਾਈ ਆ, ਕਹਿੰਦੇ ਵੀ ਡੈੱਡ ਬੋਡੀਆਂ ਜਿਹੜੀਆਂ ਪੋਸਟਮਾਰਟਮ ਵਾਸਤੇ ਲੈ ਕੇ ਜਾਵਾਂਗੇ ਆਪਾਂ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ? ਪੁਲਿਸ ਤੋਂ ਮੰਗ ਇਹ ਹੋਈ ਹੈ ਜੀ, ਇਹ ਜਿਹੜੇ ਬਿਲਕੁਲ ਇੱਦਾਂ ਐਕਸੀਡੈਂਟ ਦੇ ਮਾਰੇ ਗਏ ਬੰਦੇ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬੇਕਸੂਰ ਦੋਵੇਂ ਬੱਚੇ ਜਿਹੜੇ ਆ, ਦੋਵੇਂ ਹੀ ਅਜੇ ਅਨਮੈਰਿਡ ਆ, ਛੋਟੀ ਉਮਰ ਦੇ ਬੱਚੇ ਆ ਦੋਵੇਂ। ਇਹ ਮਾਮਲਾ ਜੀ ਸਰਦਾਰ ਨਿਰਮਲ ਸਿੰਘ ਬਾਬੇ ਕੁੱਲੀ ਵਾਲੇ ਦੇ ਡੇਰੇ ਤੋਂ ਮੱਥਾ ਟੇਕ ਕੇ ਆਪਣੀ ਵਾਈਫ ਦੇ ਨਾਲ ਤਸੀਮ ਕੌਰ ਦੇ ਨਾਨਵਾਲ ਕਲਾਂ ਦੇ ਸੀਗੇ, ਇੱਥੋਂ ਮੱਥਾ ਟੇਕ ਕੇ ਅਤੇ ਆਪਣੇ ਵਾਪਸੀ 'ਤੇ ਘਰ ਨੂੰ ਜਾ ਰਹੇ ਸੀ। ਇੱਕ ਕੈਂਪਰ ਗੱਡੀ ਜਿਹੜੀ ਬਲੈਰੋ ਆ ਮਹਿੰਦਰਾ, ਉਹਦੇ 'ਤੇ ਅਨਆਉਣ ਬੰਦਾ ਜਿਹੜਾ ਸੀਗਾ ਉਹ ਭੱਜ ਗਿਆ ਆ, ਤਸਦੀਕ ਕੀਤਾ ਜਾ ਰਿਹਾ ਆ। ਉਹ ਗਲਫਤ ਹਾਲਤ 'ਚ ਲਿਆ ਕੇ ਉਹਨਾਂ ਨੇ ਇੱਥੇ ਚੌਂਕ ਦੇ ਵਿੱਚ ਉਹਦੇ ਵਿੱਚ ਮੋਟਰਸਾਈਕਲ 'ਤੇ ਮਾਰਿਆ ਆ, 2 ਕੈਜੂਅਲਟੀਜ਼ ਮੌਕੇ 'ਤੇ ਹੋ ਗਈਆਂ ਆ, ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ। ਸਾਡੇ ASI ਲਖਵਿੰਦਰ ਸਿੰਘ ਜਿਹੜੇ ਆ ਉਹ ਤਫਤੀਸ਼ੀ ਆ, ਉਹ ਇਹ ਮੁਕਦਮੇ ਦੀ ਤਫਤੀਸ਼ ਕਰ ਰਹੇ ਆ, ਹੁਣੇ ਆਪਾਂ ਬਿਆਨ ਉਹਨਾਂ ਦਾ ਹਾਸਲ ਕਰਕੇ ਅਤੇ ਕਾਰਵਾਈ ਜਿਹੜੀ ਅਮਲ ਵਿੱਚ ਲਿਆ ਰਹੀ। ਸਵਾਰ ਸਨ ਜਿਹੜੇ ਦੋਨੇ BP ਔਰ ਮੌਕੇ 'ਤੇ? ਇਹ ਪਲਟੀਨਾ ਮੋਟਰਸਾਈਕਲ ਸੀਗਾ ਜੀ, ਇਹਨਾਂ ਕੋਲ PB 18 N 8235, ਇਹਦੇ 'ਤੇ ਮੱਥਾ ਟੇਕਣ ਵਿਚਾਰੇ ਆਏ, ਮਾੜੀ ਘਟਨਾ ਇਹਨਾਂ ਦੇ ਨਾਲ ਵਾਪਰੀ ਆ, ਅਤੇ ਇੱਥੋਂ ਜਿਹੜਾ ਅਸੀਂ ਪਬਲਿਕ ਦੇ ਵਿੱਚੋਂ ਤਸਦੀਕ ਕਰ ਰਹੇ ਹਾਂ, ਬਾਕੀ ਜਿਹੜੀ ਕਾਰਵਾਈ ਆ ਉਹ ਜਿਹੜੀ ਆ ਹੁਣੇ ਮੌਕੇ 'ਤੇ ਤੁਰੰਤ ਕਰ ਦਿੱਤੀ। ਦੋਨਾਂ ਦੀ ਮੌਕੇ 'ਤੇ ਡੈਥ ਹੋ ਗਈ ਹੈ, ਤੋ ਬਰਾਡ ਡੈਥ ਵਾਸਤੇ ਜਿਹੜਾ ਡਾਕਟਰ ਸਾਹਿਬ ਜਿਹੜਾ ਉਹ ਕਲੀਅਰ ਕਰਨਗੇ ਅਤੇ ਕਾਰਵਾਈ ਕਰ। ਗੱਡੀ ਦਾ ਪਤਾ ਚੱਲਿਆ ਕਿੱਥੇ ਦੀ ਆ? ਗੱਡੀ 'ਤੇ ਜਿਹੜੀ ਆ ਰਾਊਂਡ ਅਪ ਕਰ ਲਈ ਆ, ਉਹ ਜਿਹੜੀ ਲੈ ਗਏ ਆਪਾਂ ਟੋ ਕਰਕੇ, ਅਤੇ ਜਿਹੜਾ ਡਰਾਈਵਰ ਸੀਗਾ ਉਹਦੇ ਬਾਰੇ ਕਨਫਰਮ ਕਰਨਾ ਬਾਕੀ ਆ, ਅਤੇ ਉਹ ਵੀ ਕਨਫਰਮ ਕਰ ਲੈਂਦੇ ਹਾਂ ਅੱਧੇ ਘੰਟੇ ਤੋਂ ਪਹਿਲਾਂ ਮੁਕਦਮਾ ਜਿਹੜਾ ਬਾਈ ਨੇ ਦਰਜ ਕਰਾਇਆ। ਸਥਾਨਕ ਲੋਕਾਂ ਨੂੰ ਪਤਾ ਲੱਗ ਪਾਇਆ ਕਿ ਜਾਂ ਕਿਸ ਤਰ੍ਹਾਂ ਕੋਈ ਨਸ਼ੇ ਦੀ ਹਾਲਤ 'ਚ ਡਰਾਈਵਰ ਜਾਂ ਕਿਸ ਤਰ੍ਹਾਂ? ਇਹਦੇ ਬਾਰੇ ਜਿਹੜਾ ਇਹ ਤਫਤੀਸ਼ ਕਰਨ 'ਤੇ ਪਤਾ ਲੱਗੂਗਾ, ਅਜੇ ਫਸਟ ਸਟੇਜ ਆ ਜੀ, ਕਾਰਵਾਈ ਹੋ ਰਹੀ ਹੈ। ਹੁਣ ਤੱਕ ਕੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਗਈ? ਇਹਦੇ ਵਿੱਚ 304A ਦੇ ਵਿੱਚ ਮੁਕਦਮਾ ਦਰਜ ਕੀਤਾ ਜਾਂਦਾ। ਡੈੱਡ ਬੋਡੀਆਂ ਭੇਜ ਦਿੱਤੀਆਂ ਗਈਆਂ? ਡੈੱਡ ਬੋਡੀਆਂ ਡੈੱਡ ਹਾਊਸ ਭੇਜ ਦਿੱਤੀਆਂ।